ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਮੈਂ ਮਹਿਕਦੀਪ ਸਿੰਘ ਜੀ ਖਡੂਰ ਸਾਹਿਬ ਏਰੀਏ ਤੋਂ ਅਤੇ ਬਲਹਾਰੀ ਕੁੰਦਰ ਯੂਟਿਊਬ ਚੈਨਲ ਤੋਂ ਵੀਰੋ। ਹਾਂਜੀ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਜੀ ਝੋਨੇ ਦੀ ਪਰਾਲੀ ਆਪਾਂ ਕਿੱਦਾਂ ਕੁਤਰ ਸਕਦੇ ਹਾਂ। ਪਹਿਲੀ ਵੀਡੀਓ ਆਪਣੀ ਇਹ, ਅਤੇ ਇਹਦੇ ਨਾਲ ਰਿਲੇਟਡ ਹੋਰ ਵੀ ਕਾਫੀ ਮੈਥਡ ਹੈਗੇ ਨੇ ਜਿਹੜੇ ਅਗਲੀਆਂ ਵੀਡੀਓ ਡਿਸਕਸ ਕਰਾਂਗੇ। ਅਤੇ ਪਰਾਲੀ ਨੂੰ ਕੁਤਰਨ 'ਤੇ ਕਾਫੀ ਮੁਸ਼ਕਲ ਆਉਂਦੀ ਆ ਸਾਰੇ ਵੀਰਾਂ ਨੂੰ, ਆਪਾਂ ਨੂੰ ਵੀ ਪਿਛਲੇ ਸਾਲਾਂ 'ਚ ਆਈ ਸੀਗੀ। ਅਤੇ ਜੇਕਰ ਆਪਾਂ ਦੋਸਤੋ ਪਲੈਨਿੰਗ ਦੇ ਨਾਲ ਚੱਲਾਂਗੇ ਤਾਂ ਫਿਰ ਆਪਾਂ ਨੂੰ ਇਹ ਦਿੱਕਤ ਨਹੀਂ ਆਉਂਦੀ। ਸੋ ਆਓ ਗੱਲਬਾਤ ਕਰਦੇ ਹਾਂ ਜੀ ਸਾਰੀ। ਉਹ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਵਗੈਰਾ ਨਹੀਂ ਕੀਤਾ ਉਹ ਕਰ ਲੈਣ, ਅਤੇ ਬੈੱਲ ਆਈਕੋਨ ਵਗੈਰਾ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ ਜੀ ਵੀਰਾਂ ਨੂੰ। ਹਾਂਜੀ ਬਾਈ ਜੀ, ਆਪਾਂ ਵਢਾ ਲਿਆ ਜੀ ਝੋਨਾ 1:34 ਸੀਗਾ, ਅਤੇ ਕਰੀਬ ਟਰਾਲਾ ਹੀ ਭਰ ਗਿਆ ਆਪਣਾ 30-40 ਕੁਇੰਟਲ ਦੇ ਲਾਗੇ ਬੰਨੇ ਨਿਕਲਿਆ ਹਨੂੰਮਾਨ ਆ। ਇੰਨਾ ਕੁ ਬਾਕੀ ਤਲਾਈ ਵਗੈਰਾ ਹੋਊਗੀ, ਚਲੋ ਦੇਖਦੇ ਹਾਂ। ਅਤੇ ਇਹ ਜਿੱਦਾਂ ਲਾਂਘਾ ਵਾ ਆਪਣੀ ਮਸ਼ੀਨ ਦਾ, ਇਹਦੇ ਓਪੋਜ਼ਿਟ ਆਪਾਂ ਵਾਹੁੰਦੇ ਪਏ ਹਾਂ ਇੱਧਰਲੀ ਸਾਈਡ ਨੂੰ। ਫਿਰ ਜਿਹੜੇ ਹੈਗੀ ਆ ਮਿੱਟੀ ਪਲਟੀ ਜਾਂਦੀ, ਆਪਾਂ ਕਣਕ ਬੀਜਣੀ ਸੀ ਇੱਥੇ, ਫਿਰ ਮਿੱਟੀ ਜਿਹੜੀ ਹੈਗੀ ਆ ਤਾਂ ਆਉਂਦੀ ਆ। ਤਾਂ ਮਸ਼ੀਨ ਲੰਘੀ ਨੂੰ ਅਜੇ ਇੱਥੋਂ ਘੰਟਾ ਕੁ ਹੋਇਆ ਗਈ ਨੂੰ ਮਸ਼ੀਨ ਨੂੰ। ਇੱਥੇ ਆਪਾਂ ਪਹਿਲਾਂ ਰੂੜੀ ਪਾਈ ਸੀ, ਆਵੇ ਇਹ ਨਿਸ਼ਾਨ ਅਜੇ ਵੀ ਹੈਗੇ ਕਿਤੇ ਕਿਤੇ ਰੂੜੀ ਦੇ, ਅਤੇ ਹੁਣ ਫਿਰ ਵਿੱਚ ਵਾਹੁੰਦੇ ਪਏ ਹਾਂ ਇਹ ਚੀਜ਼ ਨੂੰ। ਸੋ ਆਹ ਸਿਸਟਮ ਆ ਜੀ ਸਾਰਾ ਹੀ। ਜੇ ਆਪਾਂ ਇੱਧਰ ਨੂੰ ਵਾਹਵਾਂਗੇ ਲਾਂਘੇ ਵੱਲ ਨੂੰ ਤਾਂ ਫਿਰ ਜਿਹੜਾ ਫੂਸ ਆ ਨਹੀਂ ਵੱਢਿਆ ਜਾਣਾ, ਆਹ ਚੱਕਰ ਬਣਦਾ। ਘੰਟਾ ਬਾਅਦ ਆਪਾਂ ਵੀਡੀਓ ਬਣਾ ਰਹੇ ਹਾਂ ਜੀ, ਅਤੇ ਇਹ ਲੈਣ ਸੀ ਪੂਰੀ ਲੰਮੀ ਤੋੜੀ ਤੋੜ, ਅਤੇ ਕਰੀਬ 30% ਪਰਾਲੀ ਉੱਤੇ ਦੇਖਦੀ, 20-30%, ਅਤੇ ਉਹਦੇ ਉੱਤੇ ਵੀ ਮਿੱਟੀ ਵਗੈਰਾ ਚੜ੍ਹੀ ਹੋਈ ਆ। ਅਤੇ ਕੰਬਾਈਨ ਦੀਆਂ ਫੂਸ ਤੋਂ ਦੂਜੇ ਰੋਹ ਨੂੰ ਵਾਇਆ, ਤਾਂ ਕਰਕੇ ਗੱਲਬਾਤ ਬਣੀ ਆ। ਬਾਕੀ ਪਹਿਲੇ ਪਾੜ ਵਿੱਚ ਜਿੰਨੀ ਮਿੱਟੀ ਪੁੱਟੀ ਗਈ ਪੁੱਟੀ ਗਈ, ਦੂਸਰੇ ਵਿੱਚ ਬਰੀਕ ਹੀ ਹੋਊਗੀ ਤੁਹਾਡੀ। ਅਤੇ ਬਾਕੀ ਵੇਖ ਲਓ ਤੁਸੀਂ ਜਿੱਦਾਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਜਿੱਦਾਂ ਹੱਲ ਕਰਨਾ ਪਰਾਲੀ ਦਾ, ਪਰ ਅੱਗੇ ਸਾਲ ਨਾ ਲਾਓ ਜ਼ਰੂਰ, ਅਤੇ ਸਾਰੇ ਵੀਰ ਜ਼ਰੂਰ ਸਾਥ ਦੇਣ ਜੀ। ਇਹਦੇ ਨਾਲ ਕਰੀਬ ਤੁਹਾਡਾ 2000 ਤੋਂ ਲੈ ਕੇ 3000 ਰੁਪਈਆ ਲੱਗ ਜਾਣਾ ਤੇਲ ਵਗੈਰਾ ਪਾ ਕੇ ਕਣਕ ਬੀਜਣ ਤੱਕ। ਅਤੇ ਪਰ ਉਹਦੇ ਨਾਲ ਇਹ ਆ ਵੀ ਆਪਣਾ ਜਿੰਨਾ ਵੀ ਕਾਰਬਨ ਮੈਟਰ ਵਗੈਰਾ ਵਾ ਪਰਾਲੀ ਦਾ, ਉਹ ਸਾਰਾ ਵਿੱਚ ਰਹਿਣਾ, ਅੱਗ ਵੀ ਨਹੀਂ ਲੱਗਣੀ, ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਣੀ। ਬਾਕੀ ਇੱਥੇ ਦੋਸਤੋ 1:35 ਝੋਨਾ ਸੀਗਾ, ਉਹ 34 ਕੁਇੰਟਲ ਦੀ ਔਸਤਾ ਹੀ ਆ ਜੀ, 1700 ਨੂੰ ਵਿਕਿਆ ਵਾ, ਅਤੇ ਵਧੀਆ ਰਹਿ ਗਿਆ ਸਿਸਟਮ, ਝਾੜ ਵਧੀਆ ਦੇ ਗਿਆ, ਤਾਂ ਕਰਕੇ ਆਪਾਂ ਇੱਥੇ ਜ਼ਮੀਨ 'ਤੇ ਹੋਰ 2-3 ਹਜ਼ਾਰ ਰੁਪਈਆ ਲਾ ਰਹੇ ਹਾਂ ਇਹਦੀ ਉਪਜਾਊ ਸ਼ਕਤੀ ਵਗੈਰਾ ਵਧਾਉਣ ਵਾਸਤੇ। ਅਤੇ ਆਪਣਾ ਮੇਨ ਮੋਟਿਵ ਇਹੀ ਆ ਦੋਸਤੋ ਕਿ ਜ਼ਮੀਨ ਉੱਤੇ ਕੰਮ ਕਰੋ, ਫਸਲ ਤੁਹਾਡੀ ਵਧੀਆ ਹੋਊਗੀ। ਜ਼ਮੀਨ ਨੂੰ ਤਾਕਤ ਦਿਓ ਜਿੰਨੀ ਹੋ ਸਕੇ। ਜਿਹੜੇ ਵੀਰ ਨਵੇਂ, ਇਹ ਦੋਸਤੋ ਆਪਣੇ ਕੋਲ ਵੇਸਟ ਡੀਕੰਪੋਜ਼ਰ ਆ ਜੀ ਬਣਿਆ ਪਿਆ, ਅਤੇ 1000-1000 ਲੀਟਰ ਦੀਆਂ ਦੋ ਟੈਂਕੀਆਂ ਵਾ ਨੇ। ਇਹ ਜਦੋਂ ਪਾਣੀ ਦਿੱਤਾ ਮੋਟਰ ਵਗੈਰਾ ਚਲਾ ਕੇ ਆਪਾਂ ਬਾਅਦ ਵਿੱਚ ਅਤੇ ਨਾਲ ਇਹਨੂੰ ਦੇਵਾਂਗੇ। ਅਤੇ ਡੀਕੰਪੋਜ਼ਰ ਇਹੋ ਜਿਹੀ ਚੀਜ਼ ਆ ਦੋਸਤੋ ਜਿਹੜਾ ਪਰਾਲੀ ਵਗੈਰਾ ਜਿੰਨੀ ਮਿੱਟੀ ਦੇ ਨਾਲ ਮਿਲੀ ਹੁੰਦੀ ਸਾਰੀ ਗਾਲ ਵਗੈਰਾ ਦਿੰਦਾ ਵਾ। ਬਾਕੀ ਚਲੋ ਅੱਗੇ ਦੇਖਦੇ ਕੀ ਪ੍ਰੋਸੀਜਰ ਰਹੂਗਾ ਉਹਦਾ। ਜੇਕਰ ਡੀਕੰਪੋਜ਼ਰ ਵਗੈਰਾ ਨਹੀਂ ਹੈਗਾ ਤਾਂ ਹੁਣ ਤੁਸੀਂ ਬਣਾ ਵਗੈਰਾ ਸਕਦੇ ਜੋ, ਅਤੇ ਬਣਾ ਕੇ ਅਤੇ ਪਾਣੀ ਦੇ ਨਾਲ ਜ਼ਰੂਰ ਦਿਓ ਜੇ ਪਰਾਲੀ ਵਗੈਰਾ ਵਿੱਚ ਵਾਹੁਣੀ ਕਿਸੇ ਵੀਰ ਨੇ। ਅਤੇ ਦੋਸਤੋ ਸ਼ੀਸ਼ੀਆਂ ਜੀ ਵੇਸਟ ਡੀਕੰਪੋਜ਼ਰ ਕਲਚਰ ਇਹਨਾਂ ਵਿੱਚ ਹੁੰਦਾ ਵਾ, 3 ਸਾਲ ਦੀ ਵੈਲਿਡਿਟੀ ਹੈ ਇਹਦੀ। ਇਹ ਕਿਸਾਨ ਮੇਲਿਆਂ ਤੋਂ ਵੀ ਮਿਲਦੇ, ਔਨਲਾਈਨ ਵੀ ਮਿਲਦੇ ਆ, ਪਰ ਤੁਸੀਂ ਇਹੀ ਕੋਸ਼ਿਸ਼ ਕਰੋ ਕਿ ਜੇ ਕਿਸੇ ਵੀਰ ਭਰਾ ਕੋਲ ਕਲਚਰ ਵਗੈਰਾ ਮਿਲ ਜੇ ਉਹ ਤੋਂ ਤੁਸੀਂ ਤਿਆਰ ਕਰੋ ਇਹਨੂੰ। ਇਹਨੂੰ ਤਿਆਰ ਕਰਨ ਵਾਸਤੇ ਬਥੇਰੇ ਯੂਟਿਊਬ ਦੇ ਉੱਤੇ ਲਿੰਕ ਵਗੈਰਾ ਹੈਗੇ ਨੇ, ਤੁਸੀਂ ਉੱਥੋਂ ਦੇਖ ਸਕਦੇ ਜੋ ਵੀਡੀਓ ਇਹਨੂੰ ਕਿੱਦਾਂ ਤਿਆਰ ਕਰਨਾ ਵਾ। ਅਤੇ ਪਾਣੀ ਛੱਡ ਸਮੇਂ ਇਹਨੂੰ ਜ਼ਰੂਰ ਨਾਲ ਦਿਓ, ਰੋਣੀ ਵਗੈਰਾ ਜੋ ਆਪਾਂ ਕਰਨੀ ਹੈ ਖੇਤ ਦੀ ਕਣਕ ਬੀਜਣ ਦੇ ਵਾਸਤੇ। ਜਿਹੜੇ ਵੀਰ ਨਵੇਂ ਆਏ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬੈੱਲ ਆਈਕਨ ਵਗੈਰਾ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ। ਅਤੇ ਜੇ ਵੀਡੀਓ ਵਧੀਆ ਲੱਗੀ ਹੋਏ ਦੋਸਤੋ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਜੀ। ਧੰਨਵਾਦ।